ਹੈਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਚਾਲ ਆ ਸਾਰਿਆਂ ਦੇ? ਆਈ ਹੋਪ ਸਾਰੇ ਵਧੀਆ ਹੋਣਗੇ। ਸੋ ਅੱਜ ਅਸੀਂ ਆਏ ਹਾਂ ਕਲਾਂਗ ਸਾਹਿਬ ਗੁਰਦੁਆਰੇ ਦੇ ਵਿੱਚ, ਅਤੇ ਅੱਜ ਆਪਣੇ ਕਿਸਾਨੀ ਵੀਰਾਂ ਲਈ ਅਤੇ ਅਰਦਾਸ ਬੇਨਤੀ ਕਰਾਈ ਗਈ ਆ। ਸੋ ਸਹਿਜ ਪਾਠ ਚੱਲ ਰਹੇ ਸੀਗੇ, ਸੋ ਇੱਕ ਨਵੇਂ ਸਾਲ ਦੀ ਅਰਦਾਸ ਹੋਈ ਆ ਆਪਣੇ ਪਰਦੇਸੀ ਸਾਰੇ ਵੀਰਾਂ ਵੱਲੋਂ। ਅਤੇ ਬਾਕੀ ਵੀਰ ਬਾਈ ਤੁਹਾਨੂੰ ਕੁਛ ਦੱਸ ਸਕਦੇ ਹੋ ਵੀ ਕਿਸਾਨੀ ਵੀਰਾਂ ਬਾਰੇ, ਜੋ ਵੀ ਅੱਜ ਅਰਦਾਸ ਹੋਈ ਆ ਕਿੱਦਾਂ ਸਾਰਾ ਕੁਛ? ਇਹ ਵਧੀਆ ਹੋਇਆ। ਹਾਂਜੀ, ਬਹੁਤ ਵਧੀਆ ਹੋਇਆ। ਬਟ ਇਹ ਗੱਲ ਕਹਿਣਾ ਚਾਹੁੰਦਾ ਭਾਅ ਜੀ ਕਿ ਭਲਾ ਸਰਦੀਆਂ ਹਨ, ਕਾਫੀ ਠੰਡ ਆ ਇੰਡੀਆ ਦੇ ਵਿੱਚ, ਪਰ ਫਿਰ ਵੀ ਯਾਰ ਕਿਸਾਨਾਂ ਨੂੰ ਜਾਂ ਜਿੰਨੇ ਵੀ ਨੌਜਵਾਨ ਨੇ ਨਾ, ਡਰਨਾ ਨਹੀਂ ਚਾਹੀਦਾ ਹੈ ਨਾ ਕਿ ਠੰਡ ਆ ਯਾਰ, ਆਪਾਂ ਪਿੰਡ ਚੱਲ ਜਾਂਦੇ ਹਾਂ, ਬਾਅਦ 'ਚ ਆ ਜਾਂਗੇ ਅਗਲੇ ਮਹੀਨੇ। ਯਾਰ ਜਿੱਥੇ ਜਿੱਥੇ ਵੀ ਹੈਗੇ ਨਾ ਆਪੋ ਆਪਣੇ ਨਾ ਡਟੇ ਰਹੋ ਕੰਮ, ਹੈ ਨਾ, ਕਿਉਂਕਿ ਇੱਕ ਵਾਰੀ ਪੈਰ ਪੁੱਟੇਗਾ ਯਾਰ ਬਾਅਦ 'ਚ ਨਹੀਂ ਉੱਥੇ ਲੋਟ ਆਉਣੇ, ਹੈ ਨਾ। ਹਾਂ, ਸੋ ਮਲੇਸ਼ੀਆ ਵੱਲੋਂ ਅਸੀਂ ਫੋਰਨ ਦੇ ਵਿੱਚ ਵੀ ਰਹਿ ਕੇ ਅਸੀਂ, ਸਾਨੂੰ ਇੰਨੇ ਹੀ ਦੁੱਖ ਲੱਗ ਰਿਹਾ ਵਾ ਕਿ ਆਸ਼ ਅਸੀਂ ਉੱਥੇ ਹੁੰਦੇ ਯਾਰ, ਦਿੱਲੀ ਦੇ ਵਿੱਚ ਬੜਾ ਖੂਨ ਖੁੱਲ੍ਹ ਹੈ। ਹਾਂ, ਹੁਣ ਲੋਕਡਾਊਨ ਦਾ ਕਰਕੇ ਫਲੈਟ ਵੀ ਨਹੀਂ ਓਪਨ, ਸਾਰਾ ਕੁਛ ਬੰਦ ਪਿਆ ਵਾ, ਇਸ ਕਰਕੇ ਅਸੀਂ ਗੁਰਦੁਆਰਾ ਸਾਹਿਬ ਗੜੀ ਅਰਦਾਸ ਹੀ ਕਰ ਸਕਦੇ ਹਾਂ। ਸੋ ਅੱਜ ਸ਼ੁਕਰ ਕਰ ਸਕਦੇ ਯਾਰ। ਸੋ ਅੱਜ ਕਿਸਾਨੀ ਵੀਰਾਂ ਦੇ ਲਈ ਮਲੇਸ਼ੀਆ ਵੱਲੋਂ, ਮਲੇਸ਼ੀਆ ਕਮੇਟੀ ਵੱਲੋਂ ਅਤੇ ਅੱਜ ਪਾਠ ਦੇ ਭੋਗ ਪਾਏ ਗਏ ਹਨ ਅਤੇ ਅਰਦਾਸ ਬੇਨਤੀ ਕੀਤੀ ਗਈ ਕਿ ਕਿਸਾਨਾਂ ਦੀ ਸਫਲਤਾ ਲਈ ਅਤੇ ਨਵੇਂ ਸਾਲ ਦੀ ਵਧੀਆ ਸ਼ੁਰੂਆਤ ਲਈ। ਸੋ ਇਹ ਸਾਡੀ ਬਿਲਡਿੰਗ ਆ, ਨੌਜਵਾਨ ਰਹਿ ਰਹੇ ਨੇ ਇੱਥੇ ਫੋਰਨ ਦੇ ਵਿੱਚ, ਸਾਰੇ ਜਿੰਨੇ ਵੀ ਮਲੇਸ਼ੀਆ ਦੇ ਵਿੱਚ ਰਹਿ ਰਹੇ ਨੇ, ਸਾਰਿਆਂ ਨੂੰ ਕਾਲ ਕੀਤੀ ਗਈ ਆ, ਸਾਰੇ ਇੱਥੇ ਪੁੱਜੇ ਨੇ ਆਪੋ ਆਪਣਾ ਕੰਮ ਛੱਡ ਕੇ, ਤੋ ਸਾਰੇ ਅਰਦਾਸ ਕਰ ਰਹੇ ਆ। ਤੁਸੀਂ ਵੀ ਅਰਦਾਸ ਕਰੋ ਕਿ ਜਲਦੀ ਜਲਦੀ ਇਹ ਜੋ ਵੀ ਪੰਜਾਬ ਦੇ ਵਿੱਚ ਹੋ ਰਿਹਾ ਸਹੀ ਹੋ ਜੇ, ਸਾਰੇ ਖੁਸ਼ੀ ਖੁਸ਼ੀ ਘਰੇ ਜਾਣ ਜਿਹੜੇ ਜਿਹੜੇ ਦਿੱਲੀ ਦੇ ਵਿੱਚ ਬੈਠੇ ਨੇ। ਸੋ ਓਕੇ, ਚਲੋ ਤੁਹਾਨੂੰ ਗੁਰਦੁਆਰਾ ਸਾਹਿਬ ਦੀ ਅੰਦਰ ਤੋਂ ਸਾਰਾ ਪਿਆਰ ਨਹੀਂ ਕਰਦੇ ਸੱਚਾ ਨਾਮ ਤੇਰਾ।